ਪਟਿਆਲਾ 'ਚ ਕੌਣ ਆਊਗਾ ਫਿਰ ਐਮਪੀ ਕੌਣ ਬਣੂਗਾ? ਪਟਿਆਲਾ 'ਚ ਐਮਪੀ ਦੇਖੋ ਇਸ ਵਾਰ ਸਰਕਾਰ ਨਵੇਂ ਵਜੂਦ ਸੀਗਾ ਸਾਰਾ ਟੋਟਲੀ, ਤੁਹਾਨੂੰ ਵੀ ਪਤਾ ਹੈ ਵੀ ਨਵਾਂ ਆਇਆ, ਠੀਕ ਹੈ। ਨੈਕਸਟ ਇਹ ਤਾਂ ਸਿਰਫ ਰੱਬ ਦੇ ਉੱਪਰ ਡਿਪੈਂਡ ਆ, ਅਸੀਂ ਇਹ ਦੇਖ ਸਕਦੇ ਹਾਂ ਕਰ ਸਕਦੇ ਹਾਂ, ਅਸੀਂ ਉਹਨਾਂ ਸਪੋਰਟ ਕਰਾਂਗੇ ਜਿਹੜੇ ਕਿ ਸਾਨੂੰ ਲੱਗਣਗੇ ਵੀ ਸਾਡਾ ਲੋਕ ਭਲਾਈ ਦੇ ਕੰਮ ਕਰੂਗੀ। ਤੁਹਾਡੇ ਮੁੱਦੇ ਕੀ ਨੇ, ਆਟੋ ਡਰਾਈਵਰਸ ਜਿਹੜੇ ਨੇ ਉਹਨਾਂ ਦੇ ਮੁੱਦੇ ਕੀ ਨੇ? ਦੇਖੋ ਆਟੋ ਡਰਾਈਵਰ ਤਾਂ ਇੱਕ ਮਿਹਨਤੀ ਬੰਦਾ ਇਨਸਾਨ ਆ, ਸੁਬਾਹ ਨਿਕਲਦਾ ਉਹ ਸ਼ਾਮੀ ਘਰੇ ਵੜਦਾ ਆਪਣੇ ਪਰਿਵਾਰ ਦੇ ਲਈ ਮਿਹਨਤ ਕਰਦਾ ਆ। ਅਤੇ ਇੱਦਾਂ ਕਿ ਜੇ ਹੁਣ ਜੇ ਸਰਕਾਰ ਸੋਚੇ ਵੀ ਇਹਨਾਂ ਦੇ ਕੋਈ ਰੂਲ ਰੈਗੂਲੇਸ਼ਨ ਬਣਾਇਆ ਜਾਵੇ ਥੋੜ੍ਹਾ ਜਿਹਾ, ਅਸੀਂ ਟਰਾਂਸਪੋਰਟ ਤੋਂ ਹੀ ਮੰਗ ਕਰਦੇ ਹਾਂ। ਜਿਵੇਂ ਸਾਡੀ ਗੱਡੀਆਂ ਨੇ, ਹੁਣ ਸਾਡੀ ਗੱਡੀਆਂ ਨਵੀਆਂ ਲਿੱਤੀਆਂ ਹੋਈਆਂ ਸੀਗੀਆਂ, ਸਾਨੂੰ ਕੁਛ ਧੋਖੇ ਨਾਲ ਜਾਂ ਫਿਰ ਸਾਨੂੰ ਕੁਛ ਪਤਾ ਨਹੀਂ, ਇਸ ਬਾਰੇ ਨੌਲੇਜ ਨਹੀਂ ਸੀਗੀ, ਉਸ ਤੋਂ ਬਾਅਦ ਸਾਡੀ ਆਰਸੀਆਂ ਨਹੀਂ ਬਣੀਆਂ। ਸਾਨੂੰ ਟਰਾਂਸਪੋਰਟ ਮੰਤਰੀ ਤੋਂ ਇਹ ਹੈ ਵੀ ਜੇ ਸਾਡੀ ਗੱਡੀਆਂ ਨੇ ਜਾਂ ਤਾਂ ਸਾਡੀਆਂ ਕੁਛ ਟਾਈਮ ਤੱਕ ਸਾਡੀ B4 ਗੱਡੀਆਂ ਦੀ ਇਹਨਾਂ ਨੂੰ RC ਲਵਾਈ ਜਾਵੇ ਪਹਿਲਾਂ ਤਾਂ, ਵੀ ਸਾਨੂੰ ਰਾਹ ਦੇ ਵਿੱਚ ਕੋਈ ਵੀ ਐਸਾ ਪ੍ਰਸ਼ਾਸਨ ਵੱਲੋਂ ਕੋਈ ਤੰਗੀ ਨਾ ਆਈ ਹੋਵੇ। ਅਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਇੱਕ ਕਿਰਾਇਆ ਮਾਫ਼ ਕੀਤਾ ਹੋਇਆ ਹਰ ਇੱਕ ਪਬਲਿਕ ਦੇ ਲਈ, ਬੈਟਰ ਇਹ ਕਿ ਤੁਸੀਂ ਕਿਰਾਇਆ ਮਾਫ਼ ਚਲੋ ਕੀਤਾ ਵਧੀਆ ਗੱਲ ਆ, ਲੇਕਿਨ ਥੋੜ੍ਹਾ ਜਿਹਾ ਘੱਟ ਕਰ ਦਿਉ। ਆਟੋ 'ਚ ਤਾਂ ਨਹੀਂ ਮਾਫ਼, ਨਹੀਂ ਆਟੋ 'ਚ ਮਾਫ਼ ਨਹੀਂ ਆ, ਬਟ ਇਸ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਸਾਡੀ ਆਮਦਨ ਨੂੰ। ਕਿਵੇਂ ਫਰਕ ਪਿਆ? ਸਾਡੀ ਆਮਦਨ ਨੂੰ ਇੱਦਾਂ ਫਰਕ ਪਿਆ ਕਿਉਂਕਿ ਇੱਕ ਤਾਂ 10 ਰੁਪਏ ਸਵਾਰੀ ਕਰਤੀ, ਠੀਕ ਹੈ ਜੀ, ਪ੍ਰਾਈਵੇਟ ਬੱਸ ਨੇ, ਦੂਜੀ ਸਰਕਾਰੀ ਬੱਸ ਉਹ ਟੋਟਲੀ ਫਰੀ ਆ, ਅਤੇ ਸਵਾਰੀ ਹੁਣ ਜੇ ਅਸੀਂ 10 ਰੁਪਏ ਸਵਾਰੀ ਕਰਾਂਗੇ ਸਾਨੂੰ ਤਾਂ ਰੁਪਈਆ ਨਹੀਂ ਬਚਣਾ ਜੀ, ਸਾਡਾ ਤੇਲ ਖਰਚਾ ਨਹੀਂ ਪੂਰਾ ਹੁੰਦਾ, ਅਤੇ ਅਸੀਂ ਘਰ ਕਿਵੇਂ ਮੈਨੇਜ ਕਰਾਂਗੇ? ਬੱਸ ਸਟੈਂਡ ਪਟਿਆਲੇ ਦਾ ਸ਼ਿਫਟ ਹੋ ਗਿਆ, ਇਹਦੇ ਇੱਥੇ ਸ਼ਿਫਟ ਹੋਣ ਨਾਲ ਕੋਈ ਫਰਕ ਪਿਆ? ਹਾਂਜੀ ਹਾਂ, ਥੋੜ੍ਹੀ ਮਿਹਨਤ ਥੋੜ੍ਹੀ ਜ਼ਿਆਦਾ ਜ਼ਰੂਰ ਲੱਗੀ ਹੈ ਸਾਡੀ ਵੱਧ, ਚਲੋ ਆਮਦਨ ਤਾਂ ਰੱਬ ਦੇ ਵੱਲੋਂ ਆ। ਆਮਦਨ ਵਧੀ ਕਿ ਨਹੀਂ? ਹਾਂ ਨਹੀਂ, ਆਮਦਨ ਦੇਖੋ ਜੀ ਇੱਕ ਅਲੱਗ ਮੈਟਰ ਆ, ਆਮਦਨ ਵੀ ਜੇ ਕੰਮ ਹੋਵੇ ਮਿਹਨਤ ਜ਼ਿਆਦਾ ਲੱਗੀ ਤਾਂ ਆਮਦਨ ਵੀ ਵਧੀ ਹੈ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਿ 2024 ਨੂੰ ਲੈ ਕੇ ਕੋਈ ਐਕਸਾਈਟਮੈਂਟ ਹੈਗੀ ਹੈ ਤੁਹਾਨੂੰ? ਲੱਗ ਰਿਹਾ ਵੀ ਚੋਣਾਂ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਪੂਰੇ ਦੇਸ਼ 'ਚ? ਹਲੇ ਇਸ ਜਗ੍ਹਾ ਤਾਂ ਥੋੜ੍ਹਾ ਘੱਟ ਹੈ ਕਿਉਂਕਿ ਇਲੈਕਸ਼ਨ ਬਹੁਤ ਦੂਰ ਆ, 1 ਜੂਨ ਦੇ ਨੇ, ਹਲੇ ਐਸਾ ਕੋਈ ਮਾਹੌਲ ਨਹੀਂ ਬਣ ਪਾ ਰਿਹਾ ਵੀ ਇਲੈਕਸ਼ਨ ਹੈਗੇ ਉਹਦੇ। ਕਦੋਂ ਕੁ ਬਣਨਾ ਸ਼ੁਰੂ ਹੋਊਗਾ? ਇਹ 15-20 ਦਿਨਾਂ ਦੇ ਅੰਦਰ। ਉਦੋਂ ਫਿਰ ਉਦੋਂ ਮਾਹੌਲ ਕਿਵੇਂ ਦਾ ਹੁੰਦਾ? ਉਦੋਂ ਮਾਹੌਲ ਕੁਛ ਅਲੱਗ ਹੁੰਦਾ। ਕਿਵੇਂ ਦਾ, ਕੀ ਵੱਖਰਾ ਹੁੰਦਾ? ਪਾਰਟੀ ਬਾਜ਼ੀਆਂ ਹੁੰਦੀਆਂ, ਗਰੁੱਪ ਬਾਜ਼ੀਆਂ ਹੋ ਜਾਂਦੀਆਂ। ਇੱਥੇ ਅੱਛਾ ਗਰੁੱਪ ਬਣ ਜਾਂਦੇ ਆ? ਹਾਂ ਹਾਂ, ਬੜੇ ਆਰਾਮ ਨਾਲ। ਦੁਕਾਨਾਂ ਵਾਲਿਆਂ ਦੇ? ਦੁਕਾਨਾਂ ਵਾਲਿਆਂ ਦੇ, ਸਾਡੇ ਤੱਕ। ਅੱਛਾ, ਸਾਡੇ ਆਟੋ ਵਾਲਿਆਂ ਦੇ ਬਣ ਜਾਂਦੇ ਆ, ਤੂੰ ਉੱਧਰ ਹੈ, ਤੂੰ ਉੱਧਰ ਹੈ, ਉੱਧਰ ਹੈ, ਹਰ ਗਰੁੱਪ ਬਾਜ਼ੀ ਬਣ ਜਾਂਦੀ ਹੈ। ਉਹ ਗਰੁੱਪ ਬਾਜ਼ੀ ਕਿਵੇਂ ਬਣ ਜਾਂਦੀ ਹੈ ਵੀ, ਮਤਲਬ ਤੁਹਾਨੂੰ ਪਾਰਟੀਆਂ ਵਾਲੇ ਅਪਰੋਚ ਕਰਦੇ ਆ? ਕੈਂਡੀਡੇਟ ਬਣ ਜਾਂਦਾ, ਹੁਣ ਜਿਵੇਂ ਮੈਂ ਕਿਸੇ ਦਾ ਕੈਂਡੀਡੇਟ ਬਣਿਆ ਪਿਆ, ਆਪਣੀ ਹੀ ਕਿਸੇ ਪਾਰਟੀ ਦਾ, ਯਾਰ ਤੂੰ ਤਾਂ ਉੱਧਰ ਹੈ, ਤੂੰ ਸਾਡੇ ਕਿੰਨੀ ਆ ਫਲਾਣਾ, ਐਵੇਂ ਕਈ ਗੱਲਾਂ ਹੋਣ ਲੱਗ ਜਾਂਦੀਆਂ। ਇਹ ਲੀਡਰ, ਇਹ ਲੀਡਰ ਪਹੁੰਚ ਕਰਦੇ ਆ, ਉਹ ਵੰਡ ਦਿੰਦੇ ਆ? ਕੁਛ ਉਹਨਾਂ ਦੇ ਲੀਡਰ ਹੁੰਦੇ ਆ, ਕੁਛ ਉਹਨਾਂ ਦੇ ਤਾਬੋਦਾਰ ਹੁੰਦੇ ਆ ਜਿਹੜੇ ਮਿਲੇ ਹੁੰਦੇ ਆ। ਇਸ ਟਾਈਮ ਮਾਹੌਲ ਕੁਛ ਨਹੀਂ ਹੈ, ਦੇਖਣਾ 15 ਦਿਨਾਂ ਤੱਕ ਤੁਸੀਂ ਖੁਦ ਦੇਖੋਗੇ ਵੀ ਕਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ। ਉਦੋਂ ਫਿਰ ਐਮ ਪੂਰੀ ਲੜਾਈ ਹੋਣ ਵਾਲਾ ਕੰਮ ਹੋ ਜਾਂਦਾ? ਹਾਂ, ਕਈ ਵਾਰ ਤਾਂ ਆਪਸ ਵਿੱਚ ਲੜ ਪੈਂਦੇ ਆ, ਛੋਟੀ ਛੋਟੀ ਗੱਲਾਂ ਪਿੱਛੇ। ਠੀਕ ਹੈ, ਵੀ ਹਾਂ ਤੇਰੇ ਬੰਦੇ ਨੇ ਕੀ ਕੀਤਾ ਓਏ, ਸਾਡੇ ਬੰਦੇ ਨੇ ਕਰਿਆ, ਇੰਨੇ ਵੀ ਹੀ ਗੱਲ ਵੱਧ ਜਾਂਦੀ ਹੈ। ਠੀਕ ਹੈ, ਹੁਣ ਮੈਨੂੰ ਦੱਸੋ ਵੀ ਜਦੋਂ ਵੋਟ ਪਾਉਣ ਜਾਣਾ ਹੈ ਉਦੋਂ ਕੀ ਸੋਚ ਕੇ ਵੋਟ ਪਾਉਂਗੇ? ਵੋਟ ਤਾਂ ਉਹੀ ਸੋਚ ਕੇ ਪਾਵਾਂਗੇ ਵੀ ਵਧੀਆ ਬੰਦਾ ਖੜੇ, ਵਧੀਆ ਕੈਂਡੀਡੇਟ ਸਾਡਾ ਹੋਵੇ ਜਿਹਨੇ ਸਾਡੇ ਲਈ ਕੀਤਾ ਹੋਵੇ। ਵਧੀਆ ਕਿਵੇਂ, ਵੀ ਜਿਹਨੇ ਕੰਮ ਕੀਤੇ ਹੋਣ ਜਾਂ ਫਿਰ ਜੀ ਮਤਲਬ ਜਿਹਦੇ ਨਾਲ ਸਾਡੀ ਬਣਦੀ ਹੋਵੇ ਜ਼ਿਆਦਾ? ਨਾ ਨਾ ਨਾ, ਜਿਹਨੇ ਸਾਡੇ ਲਈ ਕੀਤਾ ਅਸੀਂ ਉਹਦੇ ਸੋਚ ਕੇ ਕੰਮ ਕਰਾਂਗੇ। ਕਿਵੇਂ ਦੇ ਕੰਮ ਤੁਸੀਂ ਚਾਹੁੰਦੇ ਹੋ ਸਾਡੇ ਲਈ? ਪੰਜਾਬ 'ਚ ਤਾਂ ਬਹੁਤ ਵਧੀਆ ਕੰਮ ਹੋਇਆ ਐਤਕੀ, ਕਦੀ ਨਹੀਂ ਦੇਖੇ ਅਸੀਂ ਨੇ। ਕਿਹਨੇ ਕੀਤੇ? ਆਮ ਆਦਮੀ ਪਾਰਟੀ ਨੇ। ਅੱਛਾ, ਬਿਜਲੀ ਫਰੀ ਹੈ, ਪਾਣੀ ਫਰੀ ਹੈ, ਹਰ ਤਰ੍ਹਾਂ ਦੀ ਸੁਵਿਧਾ, ਹਰ ਕਿਸੇ ਦੇ ਨਾਲ ਖੜੇ ਆ ਉਹ। ਮਗਰ ਹੁਣ ਕੇ ਥੋੜ੍ਹਾ ਜਿਹਾ ਮਾਹੌਲ ਗਰਮ ਆ ਗਿਆ ਕਿਉਂਕਿ ਐਤਕੀ ਕੈਂਡੀਡੇਟ ਸਾਰੇ ਤਕੜੇ ਖੜਾ ਤੇ ਇਹਨਾਂ ਨੇ, ਡਾਕਟਰ ਬਲਵੀਰ ਸਿੰਘ, ਮਹਾਰਾਣੀ ਪਰਮੀਤ ਕੌਰ,
ਡਾਕਟਰ ਗਾਂਧੀ ਸਾਰੇ ਤਕੜੇ ਖੜੇ ਨੇ, ਕਿਉਂਕਿ ਐਤਕੀ ਇਲੈਕਸ਼ਨ ਬਹੁਤ ਔਖਾ ਹੈ, ਬਹੁਤ ਜ਼ਿਆਦਾ ਟਫ ਹੈ, ਬਹੁਤ ਟਫ ਹੈ ਪਟਿਆਲੇ 'ਚ ਖਾਸ ਕਰ, ਕਿਉਂਕਿ ਸਾਰੇ ਚਾਰੋ ਦੇ ਚਾਰੋ ਕੈਂਡੀਡੇਟ ਬਹੁਤ ਤਕੜੇ ਨੇ, ਐਨਕੇ ਸ਼ਰਮਾ ਵੀ ਤਕੜੇ ਕੈਂਡੀਡੇਟ, ਬਹੁਤ ਬਹੁਤ ਵਧੀਆ ਕੈਂਡੀਡੇਟ ਤਕੜੇ ਨੇ। ਠੀਕ ਹੈ, ਫਿਰ ਜੇਕਰ ਇਹਦੇ ਵਿੱਚੋਂ ਇੱਕ ਕਿਸੇ ਨੇ ਚੁਣਨਾ ਹੋਵੇ ਤਾਂ ਉਹਨੂੰ ਕੀ ਸੋਚਣਾ ਚਾਹੀਦਾ? ਦੇਖੋ ਇਸ ਟਾਈਮ ਤਾਂ ਸਿਰਫ ਦੋ ਪਾਰਟੀਆਂ ਵਧੀਆ ਨੇ ਉਰੇ, ਡਾਕਟਰ ਗਾਂਧੀ ਅਤੇ ਆਮ ਆਦਮੀ ਪਾਰਟੀ, ਡਾਕਟਰ ਬਲਵੀਰ ਸਿੰਘ, ਹੋਰ ਕੋਈ ਨਹੀਂ ਹੈ, ਇਹਨਾਂ ਦੋਨਾਂ ਦੀ ਹੀ ਲੜਾਈ ਹੋਏਗੀ ਉਰੇ, ਹੋਰ ਕੋਈ ਕੈਂਡੀਡੇਟ ਵਧੀਆ ਨਹੀਂ ਹੋਵੇ। ਅਤੇ ਤੁਹਾਡਾ ਜਿਵੇਂ ਤੁਹਾਡਾ ਭਾਈਚਾਰਾ ਹੈ, ਤੁਹਾਡਾ ਬਿਜ਼ਨਸ ਹੈ ਜਿਹੜਾ ਆਟੋ ਦਾ, ਰਿਕਸ਼ਿਆਂ ਦਾ, ਇਹ ਕਿਵੇਂ ਵੱਧ ਰਿਹਾ, ਘੱਟ ਰਿਹਾ? ਘੱਟ ਗਿਆ, ਬਹੁਤ ਘੱਟ ਗਿਆ, ਕੈਬਸ ਕਰਕੇ, ਕੈਬ ਕਰਕੇ ਕੁਛ ਸਾਡਾ ਔਰ ਸ਼ਹਿਰ ਤੋਂ ਨਾ ਬੱਸ ਸਟੈਂਡ ਬਾਹਰ ਚਲਾ ਗਿਆ, ਇਸ ਕਰਕੇ ਵੀ ਬਹੁਤ ਫਰਕ ਪੈ ਗਿਆ ਸਾਨੂੰ, ਪਹਿਲਾਂ ਕੰਮ ਕਾਰ ਹੈਗਾ ਸੀ ਸ਼ਹਿਰ 'ਚ, ਹੁਣ ਤਾਂ ਹੈ ਨਹੀਂ। ਉਹ ਫਿਰ ਬੱਸ ਸਟੈਂਡ ਵਾਲਾ ਤਾਂ ਭਗਵੰਤ ਮਾਨ ਕਹਿੰਦੇ ਵੀ ਅਸੀਂ ਬਹੁਤ ਵਧੀਆ ਕੰਮ ਕੀਤਾ, ਕੀਤਾ ਬਹੁਤ, ਉਸ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ, ਐਵੇਂ ਆਪਾਂ ਕਹੀਏ ਉਹਨੇ ਬੱਸ ਸਟੈਂਡ ਚਲਾਉਣ ਦੀ ਪੂਰੀ ਕੋਸ਼ਿਸ਼ ਕਰਕੇ ਦਿਖਾਈ ਆ, ਪੂਰੀ ਚਲਾ ਕੇ ਵੀ ਦਿਖਾਤਾ। ਪਰ ਇਹ ਪ੍ਰੋਜੈਕਟ ਦਾ ਕੈਪਟਨ ਲੈ ਕੇ ਆਏ ਸੀ, ਪ੍ਰੋਜੈਕਟ ਕੈਪਟਨ ਲੈ ਕੇ ਆਏ ਸੀ, ਅਸੀਂ ਮੰਨਦੇ ਹਾਂ ਇਸ ਗੱਲ ਨੂੰ। ਫਿਰ ਇਹਦਾ ਕ੍ਰੈਡਿਟ ਤੁਸੀਂ ਕਿਹਨੂੰ ਦਿੰਦੇ ਹੋ? ਅਸੀਂ ਦੇਵਾਂਗੇ ਆਮ ਆਦਮੀ ਪਾਰਟੀ ਨੂੰ। ਕੈਪਟਨ ਨੂੰ ਨਹੀਂਗਾ? ਨਹੀਂ ਦੇਵਾਂਗੇ। ਕੈਪਟਨ ਨੂੰ ਕਿਉਂ? ਬਹੁਤ ਦੂਰ ਜਾ ਕੇ ਬਣ ਗਿਆ। ਅੱਛਾ, ਇਹ ਗਲਤੀ ਉਹਨਾਂ ਦੀ ਹੈ, ਇਹਨਾਂ ਦੀ ਨਹੀਂ ਹੈ, ਇਹਨਾਂ ਨੇ ਤਾਂ ਚਲਾ ਕੇ ਦਿਖਾਇਆ ਉਹਨਾਂ ਨੂੰ, ਵਰਨਾ ਫਲੋਪ ਸੀ। ਅਸੀਂ ਖੁਦ ਕਹਿੰਦੇ ਹਾਂ ਸਾਡਾ ਗਾਹਕ ਉਰੇ 50 ਰੁਪਏ ਨਹੀਂ ਦਿੰਦਾ, ਬੱਸ ਸਟੈਂਡ ਦੇ 7 ਕਿਲੋਮੀਟਰ ਪੈਂਦਾ ਉਰੇ ਤੋਂ, ਸਾਨੂੰ ਕਿੱਥੇ ਦੁਬਾਰਾ ਖਾਏਗਾ? ਗਾਹਕ ਨੂੰ ਕਹੋ ਗਾਹਕ ਛਾਲਾ ਮਾਰ ਦਿੰਦਾ ਵੀ ਸੱਤ ਨਹੀਂ ਜੀ ਨਹੀਂ, 20 ਰੁਪਏ ਦੇਵਾਂਗੇ, 20 ਰੁਪਏ 'ਚ ਖਾਲੀ ਲੈ ਕੇ ਜਾਓ, ਉੱਧਰੋਂ ਖਾਲੀ ਆਓ। ਫਿਰ ਪੁਰਾਣੇ ਬੱਸ ਸਟੈਂਡ ਵਾਲਾ ਵੀ ਰੁਜ਼ਗਾਰ ਖਤਮ ਹੋਇਆ? ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ, ਕਿ ਉੱਧਰ ਲੋਕਲ ਬੱਸਾਂ ਵੀ ਚਲਾਈਆਂ, ਕੋਈ ਫਾਇਦਾ ਨਹੀਂ ਹੋਇਆ। ਭਾਅ ਜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ। ਜੀ ਤੁਸੀਂ ਕੀ ਸੋਚਦੇ ਹੋ, ਤੁਸੀਂ ਪਟਿਆਲੇ ਦੀ ਸਿਆਸਤ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ? ਦੇਖੋ ਜੀ ਜਿਹੜੀ ਸਿਆਸਤ ਆ, ਮਤਲਬ ਉਲਝੀ ਹੋਈ ਸਿਆਸਤ ਆਈ ਹੈ, ਬਾਕੀ ਮੈਂ ਜ਼ਿਆਦਾ ਕੁਛ ਨਹੀਂ ਕਹਾਂਗਾ, ਬਾਕੀ ਮੌਕੇ ਦੀ ਦੇਖੀ ਜਾਏਗੀ ਕਾਰਵਾਈ ਕੀ ਹੋਏਗਾ, ਹਾਲੇ ਕੁਛ ਨਹੀਂ ਹੈਗਾ, ਹਾਲੇ ਕੋਈ ਕਿਸੇ ਬਾਰੇ, ਥੋੜ੍ਹਾ ਬੜਾ ਸੋਸ਼ਲ ਮੀਡੀਆ ਨੈਟਵਰਕ ਹੈ, ਕਿਸੇ ਬਾਰੇ ਕਿਸੇ ਨੂੰ ਬੋਲ ਕੇ ਆਪਾਂ ਉਹ ਨਹੀਂ ਕਰ ਸਕਦੇ, ਮੌਕੇ ਦੀ ਕਾਰਵਾਈ ਦੇਖੀ ਜਾਏਗੀ, ਉਹ ਦੱਸੀ ਜਾਏਗੀ। ਮੈਂ ਇੱਕ ਹੋਰ ਚੀਜ਼ ਸਮਝਣੀ ਸੀ ਕਿ ਪਟਿਆਲਾ ਦੇ ਵਿੱਚ ਰਿਕਸ਼ੇ ਚਲਾਉਣ ਦੇ ਲਈ ਜਿਹੜਾ ਪ੍ਰਵਾਸੀ ਭਾਈਚਾਰਾ ਉਹ ਕਿੰਨਾ ਕੁ ਹੈ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਇਹ ਤਾਂ ਹੁਣ ਥੋੜ੍ਹੇ ਜਿਹੇ ਪੰਜਾਬੀ ਚਲਾਉਣ ਲੱਗ ਗਏ, ਮੈਂ 3 ਸਾਲ ਹੋ ਗਏ ਚਲਾਉਂਦੇ ਨੂੰ, ਪਹਿਲਾਂ ਇੰਨੇ ਪੰਜਾਬੀ ਬੰਦੇ ਰਿਕਸ਼ੇ ਨਹੀਂ ਚਲਾਉਂਦੇ ਸੀ, ਹੁਣ ਚਲਾਉਣ ਲੱਗੇ। ਉਹਦੇ ਨਾਲ ਇਫੈਕਟ ਪਿਆ ਹੈ ਵੀ ਪ੍ਰਵਾਸੀ ਭਾਈਚਾਰਾ ਆ ਕੇ ਚਲਾ ਰਿਹਾ? ਉਹਦੇ ਨਾਲ ਉਹਨਾਂ ਨੇ ਸਾਨੂੰ ਸਿਖਾਤਾ, ਅਸੀਂ ਇਹ ਮੰਨਦੇ ਹਾਂ ਉਹਨਾਂ ਨੇ ਸਿਖਾਇਆ ਸਾਨੂੰ, ਪਹਿਲਾਂ ਕੰਮ ਕਰਕੇ ਪੰਜਾਬੀ ਰਾਜੀ ਸੀ, ਕੋਈ ਵੀ ਰਾਜੀ ਨਹੀਂ ਸੀ, ਹੁਣ ਪਿੰਡਾਂ ਦੇ ਲੋਕ ਉਰੇ ਰਿਕਸ਼ੇ ਚਲਾਉਣ ਆਉਂਦੇ ਆ ਸ਼ਹਿਰ 'ਚ, ਮੰਨਦੇ ਹੋ ਤੁਸੀਂ? ਇਹ ਸਾਡਾ ਭਾਈਚਾਰਾ ਹੈ, ਖਤਮ ਨਹੀਂ ਹੋਇਆ, ਮਗਰ ਪ੍ਰਵਾਸੀ ਬੰਦਾ ਤਾਂ ਕਮਾਉਂਦਾ ਲੈ ਜਾਂਦਾ, ਜਿਹੜਾ ਉਰੇ ਦਾ ਬੰਦਾ ਉਹ ਤਾਂ ਭੁੱਖਾ ਰਹਿ ਗਿਆ, ਉਹਦੀ ਫੈਮਿਲੀ ਭੁੱਖੀ ਰਹਿ ਗਈ। ਪ੍ਰਵਾਸੀਆਂ ਦਾ ਇੱਥੇ ਕੋਈ ਖਰਚਾ ਨਹੀਂ ਹੈਗਾ ਜੀ, ਪੰਜਾਬ ਦੇ ਅੰਦਰ ਬਾਹਰੋਂ ਪ੍ਰਵਾਸੀ ਇੱਥੇ ਆਉਂਦਾ, ਉਹਨਾਂ ਦੇ ਜਿੰਨੇ ਵੀ ਘਰ ਦੇ 5 ਮੈਂਬਰ ਆ 4 ਮੈਂਬਰ ਆ, ਉਹਨਾਂ ਨੌਕਰੀ ਕੌਣ ਦੇ ਰਿਹਾ? ਸਾਡੇ ਵਰਗੇ ਲੋਕ ਦੇ ਰਹੇ ਹਾਂ। ਉਹਨਾਂ ਕੱਪੜੇ ਪਾਉਣ ਨੂੰ ਤਰਸ ਖਾ ਕੇ ਕੌਣ ਦੇ ਰਿਹਾ? ਸਾਡੇ ਵਰਗੇ ਲੋਕ ਦੇ ਰਹੇ ਹਾਂ, ਠੀਕ ਆ। ਉਹਨਾਂ ਦਾ ਘਰ ਦਾ ਖਰਚਾ, ਬੱਚਿਆਂ ਦੇ ਪੜ੍ਹਾਈ ਦਾ ਖਰਚਾ ਕੌਣ ਚੱਕ ਰਿਹਾ? ਸਾਡੇ ਵਰਗੇ ਲੋਕ ਚੱਕ ਰਹੇ ਹਾਂ, ਮਗਰ ਸਾਨੂੰ ਇੱਥੇ ਕੌਣ ਦੇ ਰਿਹਾ? ਸਾਨੂੰ ਨਾ ਸਾਨੂੰ ਇੱਥੇ ਸਰਕਾਰ ਦੇ ਰਹੀ ਆ, ਆਪਣੀ ਮਿਹਨਤ ਕਰਕੇ ਖਾ ਰਹੇ ਹਾਂ, ਤਾਂ ਅਸੀਂ ਇੱਥੇ ਬੇਰੁਜ਼ਗਾਰ ਹੋਏ ਹੋਏ ਹਾਂ, ਤਾਂ ਭੁੱਖੇ ਮਰ ਰਹੇ ਹਾਂ। ਜੇ ਸਾਡੇ ਪੰਜਾਬ ਦੇ ਲੋਕ ਕਿਉਂ 20-20 ਲੱਖ ਬਾਹਰ ਲਾ ਕੇ ਜਾ ਰਹੇ ਹਾਂ? ਇਸ ਕਰਕੇ ਜਾ ਰਹੇ ਹਾਂ ਕਿਉਂਕਿ ਸਾਨੂੰ ਇੱਥੇ ਜੇ ਅਸੀਂ ਕੋਈ ਪੜ੍ਹੇ ਲਿਖੇ ਨੂੰ ਨੌਕਰੀ ਕੋਈ ਨਹੀਂ ਹੈਗੀ। ਇਹ ਮੁੱਦੇ ਜਦੋਂ ਜਿਵੇਂ ਹੁਣ ਤੁਸੀਂ ਮੁੱਦੇ ਮੈਨੂੰ ਕੋਲ ਦੱਸ ਰਹੇ ਹੋ, ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਪੁੱਛਦੇ, ਉਹਨਾਂ ਨੂੰ ਦੱਸਦੇ ਹੋ? ਅਸੀਂ ਤਾਂ ਪੂਰਾ ਖੜਕਾ ਦਿੰਦੇ ਹਾਂ, ਜਦ ਸਾਡੇ ਕੋਲ ਕੋਈ ਆਵੇ ਵੀ ਸਾਡੀ ਮਜਬੂਰੀਆਂ ਦੇਖੋ, ਸਾਨੂੰ ਉਰੇ ਨਹੀਂ ਖੜਨ ਦਿੰਦੇ। ਕੀ ਕਹਿੰਦੇ ਲੀਡਰ, ਕੀ ਜਵਾਬ? ਨਹੀਂ, ਹੁਣ ਯੂਨੀਅਨ ਦਾ ਰੋਲਾ ਪਿਆ ਹੋਇਆ ਸਾਡੀ, ਅਸੀਂ ਯੂਨੀਅਨ ਦੇ ਵਿੱਚ, ਸਾਡੇ ਪ੍ਰਧਾਨ ਵੀ ਫਿਰ ਰਹੇ ਹਾਂ ਅੱਜ ਉੱਥੇ, ਯੂਨੀਅਨ ਦਾ ਰੋਲਾ ਪੈ ਰਿਹਾ। ਪੋਲਿਟਿਕਸ ਆ ਨਾ, ਮੈਂ ਹੁਣੀ ਥੋੜ੍ਹੇ ਟਾਈਮ ਪਹਿਲਾਂ
ਕੈਪਟਨ ਅਮਰਿੰਦਰ ਸਿੰਘ ਕੀ ਮੈਂ ਇੰਟਰਵਿਊ ਸੁਣ ਕੇ ਹਟਿਆ, ਕਿਸੇ ਪੱਤਰਕਾਰ ਭਾਈ ਨੇ ਸਵਾਲ ਕੀਤਾ ਤਾ ਕੈਪਟਨ ਅਮਰਿੰਦਰ ਸਿੰਘ ਦਾ ਸਰੇਆਮ ਕਹਿਣਾ ਵੀ ਜਿਹੜੀ ਸਿਆਸਤ ਆ, ਜਿਹੜੀ ਪੋਲੀਟਿਕਸ ਆ, ਇਹਦੇ ਵਿੱਚ ਜਿੰਨੇ ਵੀ ਅਸੀਂ ਵਾਅਦੇ ਕਰਦੇ ਹਾਂ ਸਾਰੇ ਅਸੀਂ ਝੂਠ ਬੋਲਦੇ ਹਾਂ। ਅਸੀਂ ਲੋਕਾਂ ਤੋਂ ਕੁਛ ਨਹੀਂ ਲੈਣਾ, ਸਿਰਫ ਸਾਨੂੰ ਆਪਣਾ ਦੇਖਣਾ, ਅਸੀਂ ਕਿਵੇਂ ਚਲਾਉਣਾ ਦੇਸ਼, ਮਤਲਬ ਪੰਜਾਬ ਕੋਈ ਸਟੇਟ ਨੂੰ ਚਲਾਉਣਾ ਅਸੀਂ ਦੇਖਣਾ। ਉਹਨੂੰ ਪਬਲਿਕ ਸੌ ਸਵਾਲ ਕਰਦੀ ਆ, ਹੁਣ ਸਾਰੇ ਅਸੀਂ ਖਰੇ ਤਾਂ ਵੀ ਉਤਰਨ ਲੱਗੇ ਵੀ ਸਾਰੇ ਅਸੀਂ ਪੂਰੇ ਕਰ ਦਾਂਗੇ, ਜਿਹੜੇ ਸਾਨੂੰ ਠੀਕ ਲੱਗਦੇ ਅਸੀਂ ਉਹ ਕਰਾਂਗੇ। ਇਹ ਹਰ ਪਾਰਟੀ ਦਾ, ਕੋਈ ਇੱਕ ਪਾਰਟੀ ਦਾ ਨਹੀਂ, ਸਾਰੀ ਪਾਰਟੀ ਦਾ। ਹੁਣ ਆਮ ਪਾਰਟੀ ਭਗਵੰਤ ਮਾਨ ਨੇ ਪਹਿਲਾਂ ਲੋਕਾਂ ਵਿੱਚ ਧੀਆਂ ਭੈਣਾਂ ਟੈਂਕੀਆਂ ਚੜੀਆਂ ਤਾਰਤੀਆਂ ਨੀਚੇ, ਠੀਕ ਆ, ਬਜ਼ੁਰਗਾਂ ਨਾਲ ਬਹਿ ਕੇ ਰੋਟੀਆਂ ਵੀ ਖਾਧੀਆਂ ਨੇ ਸੜਕਾਂ 'ਤੇ, ਅਤੇ ਹੁਣ ਜ਼ਰੂਰੀ ਥੋੜ੍ਹੀ ਆ ਭਗਵੰਤ ਮਾਨ ਸਾਰੇ ਵਾਅਦੇ ਪੂਰੇ ਕਰੂਗਾ ਵੀ ਨੌਕਰੀਆਂ 3600 ਨੌਕਰੀਆਂ 36 ਨੌਕਰੀਆਂ ਦਊਗਾ ਵਾਲਾ ਪੂਰੀਆਂ। ਉਹਦੇ 'ਚ ਕੋਈ ਵਧੀਆ ਕੋਈ ਵਧੀਆ ਇੰਟੈਲੀਜੈਂਟ ਬੰਦਾ ਹੋਏਗਾ ਜਿਹੜਾ ਨੌਕਰੀ ਕਰ ਸਕਦਾ ਉਸ ਨੂੰ ਨੌਕਰੀ ਦਊਗਾ। ਹੁਣ ਨਕਲ ਮਾਰ ਕੇ ਪਾਸ ਕਰਨ ਨੂੰ ਕੋਈ ਪੜ੍ਹਿਆ, ਉਹ ਆਪਣਾ ਸਰਟੀਫਿਕੇਟ ਲੈ ਕੇ ਨਕਲੀ ਬਣਾ ਕੇ ਕਹੇ ਜੀ ਮੈਨੂੰ ਨੌਕਰੀ ਚਾਹੀਦੀ, ਇੱਦਾਂ ਨਹੀਂ, ਇੰਟਰਵਿਊ ਲਿਆ ਜਾਏਗਾ ਨਾ, ਜਿਹੜਾ ਕਾਬਲ ਹੋਏਗਾ ਸਿਰਫ ਉਹਨੂੰ ਨੌਕਰੀ ਮਿਲੇਗੀ। ਪਟਿਆਲਾ ਦਾ ਯੂਥ ਹੈ ਜਿਹੜਾ ਜਿਹੜਾ ਕਿ ਰੁਜ਼ਗਾਰ ਦੀ ਗੱਲ ਕਰ ਰਿਹਾ, ਜਿਹੜਾ ਕਿ ਇਹ ਸੋਚ ਰਿਹਾ ਕਿ ਰੁਜ਼ਗਾਰ ਦੇ ਉੱਤੇ ਵੋਟ ਜਿਹੜੀ ਹੈ ਉਹ ਪੈਣੀ ਚਾਹੀਦੀ ਹੈ, ਲੀਡਰਾਂ ਨੂੰ ਰੁਜ਼ਗਾਰ ਦੀ ਗੱਲ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ।